ਅਸਲਾਮ ਵਾਲੇਕੁਮ। ਇੱਕ ਹੋਰ ਵੀਡੀਓ ਦੇ ਨਾਲ ਅੱਜ ਮੈਂ ਹਾਜ਼ਰ ਹਾਂ ਅਤੇ ਮੈਂ ਕਿਹਾ ਸੀਜ਼ਨ ਸਟਾਰਟ ਹੋ ਗਿਆ ਅਤੇ ਹੁਣ ਮਸ਼ੀਨ ਵਿੱਚ ਅੰਡੇ ਰੱਖੀਏ ਅਤੇ ਅੱਗੇ ਪਹਿਲੇ ਥੋੜ੍ਹੇ ਜਿਹੇ ਮਸ਼ੀਨ ਵਿੱਚ ਅੰਡੇ ਰੱਖੇ ਸਨ। ਇਹਦੀ ਮੈਂ ਲਾਈਟ ਆਨ ਕਰਾਂ ਅਤੇ ਲਾਈਟ ਆਨ ਕੀਤੀ, ਮਸ਼ੀਨ ਨੂੰ ਅੰਦਰ ਖੋਲ੍ਹੀਏ ਅਤੇ ਇਹ ਵੇਖੋ, ਇਹ ਮੈਂ ਤੁਹਾਨੂੰ ਦਿਖਾਵਾਂ। ਇਹ ਕੁਝ ਅੰਡੇ ਅੱਗੇ ਅਸੀਂ ਇਹਦੇ ਵਿੱਚ ਲਾਏ ਨੇ ਅਤੇ ਕੁਛ ਹੋਰ ਇਹਦੇ ਵਿੱਚ ਅੰਡੇ ਅੱਜ ਲਾਵਾਂਗੇ ਅਤੇ ਅੱਗੇ ਆ ਬੱਤਖਾਂ ਦੇ ਅਤੇ ਤਿੱਤੜੀਆਂ ਦੇ ਅਤੇ ਟਰਕੀਆਂ ਵਗੈਰਾ ਦੇ ਅੰਡੇ ਲੱਗੇ ਨੇ। ਕਿਉਂਕਿ ਥੋੜ੍ਹੇ ਜਿਹੇ ਹੋਰ ਇਹਦੇ 'ਚ ਲਾਉਂਦੇ ਹਾਂ, ਇਹਨੂੰ ਪਹਿਲੇ ਬੰਦ ਕਰ ਲਈਏ ਮਸ਼ੀਨ ਨੂੰ ਅਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਮਜ਼ੀਦ ਹੋਰ ਕੋਈ ਅੰਡੇ ਲਾ ਛੱਡਨੇ ਆ। ਇਸ ਸਾਈਡ 'ਤੇ ਲਾ ਦਿੰਦੇ ਅੰਡੇ ਆ, ਮਿਕਸ ਹੀ ਅੰਡੇ ਲੱਗੇ ਇਹਨਾਂ ਵਿੱਚ, ਬੱਤਖਾਂ ਦੇ, ਮੁਰਗੀਆਂ ਦੇ ਅਤੇ ਟਰਕੀਆਂ ਦੇ। ਕੁਛ ਇੱਥੇ ਲਾ ਦਿਓ। ਇਹ ਮਸ਼ੀਨ ਦਾ ਰਿਜ਼ਲਟ ਬੜਾ ਅੱਛਾ ਹੈਗਾ, ਜਿਹੜੇ ਇਹਦੇ ਰਾਹ ਚੂਹੇ ਛੂਹੇ ਇਹਦੇ 'ਚੋਂ ਨਿਕਲਦੇ ਨੇ। ਅਤੇ ਮੈਂ ਪਹਿਲੇ ਵੀ ਆਪਣੀ ਇੱਕ ਦੋ ਵੀਡੀਓ 'ਚ ਇਹਦਾ ਦੱਸਿਆ ਤਾ ਕਿ ਬੜਾ ਅੱਛਾ ਰਿਜ਼ਲਟ ਹੈ ਇਸ ਮਸ਼ੀਨ ਦਾ। ਅਤੇ ਇਹਨਾਂ ਦੀ ਅੰਡਿਆਂ ਦੀ ਜਿਹੜੀ ਕੈਂਡਲਿੰਗ ਹੈ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਇੱਕ ਦੋ ਦਿਨ 'ਚ ਕਿ ਫਰਟਾਈਲ ਅਤੇ ਅਨਫਰਟਾਈਲ ਕਿਹੜੇ ਅੰਡੇ ਨੇ। ਅਤੇ ਦੇਖ ਲਓ ਕਿ ਮੈਂ ਹੁਣ ਇਹਦੇ ਵਿੱਚ ਅੰਡੇ ਲਗਾ ਛੜੇ ਨੇ। ਅੰਡੇ ਲਗਾਉਣ ਤੋਂ ਬਾਅਦ ਉੱਤੋਂ ਮਸ਼ੀਨ ਦਿਖਾਉਂਦਾ ਮੈਂ, ਇੱਕ ਪੱਖਾ ਲੱਗਾ ਹੈ, ਇਹ ਮੋਟਰ ਇਹਦੀ, ਐਗ ਟਰਨਿੰਗ ਇਹਦੀਆਂ ਟਰੇਵਾਂ ਨੇ। ਅਸੀਂ ਫਿਲਹਾਲ ਇੱਕ ਟਰੇ ਚਾਲੂ ਕੀਤੀ ਹੈ ਅਤੇ ਉਸ ਤੋਂ ਬਾਅਦ ਇਹ ਥੱਲੇ ਪਾਣੀ ਹੈਗਾ ਜੀ, ਇਹ ਪਾਣੀ ਵਾਲਾ ਬਰਤਨ ਹੈ ਅਤੇ ਇਹਦਾ ਪਲਾਸਟਿਕ ਦੀ ਟੋਕਰੀ ਹੈ ਜਿਹੜਾ ਚੂਦਾ ਜਦੋਂ ਨਿਕਲਦੇ ਨੇ ਹੈਚਰ ਵਿੱਚ ਲਾ ਛੱਡਦੇ ਨੇ ਆਂਡੇ। ਅਤੇ ਮੈਂ ਹੁਣ ਇਹਨੂੰ ਮਸ਼ੀਨ ਨੂੰ ਕਰਨ ਲੱਗਾ ਬੰਦ ਅਤੇ ਇਹਨੂੰ ਆਨ ਕਰੀਏ ਅਤੇ ਇੱਥੋਂ ਆਨ ਕਰ ਛੱਡਿਆ ਇਹਨੂੰ। ਅਤੇ ਹੁਣ ਇਹਦੀ ਦੋ ਤਿੰਨ ਦਿਨ ਬਾਅਦ ਐਗ ਕੈਂਡਲਿੰਗ ਅਸੀਂ ਕਰਾਂਗੇ ਅਤੇ ਉਹ ਵੀ ਇਨਸ਼ਾਅੱਲਾ ਮੈਂ ਤੁਹਾਨੂੰ ਦਿਖਾਵਾਂਗਾ ਵੀਡੀਓ ਵਿੱਚ। ਅਤੇ ਵੀਡੀਓ ਜ਼ਰਾ ਸ਼ੇਅਰ ਕਰਦੇ ਆ ਕਰੋ ਆਪਣੇ ਦੋਸਤਾਂ 'ਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜੇ, ਅਤੇ ਆਪਣਾ ਖਿਆਲ ਰੱਖੋ ਅਤੇ ਇਨਸ਼ਾਅੱਲਾ ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਅੱਲਾ ਹਾਫਿਜ਼।